ਸੈਬੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐੱਫ ਆਈ ਆਰ ਨੰਬਰ 108 ਆ, ਉਹਦੇ 'ਚ ਕੁਲਦੀਪ ਕੁਮਾਰ ਨਾਮ ਦੇ ਸ਼ਖਸ ਦਾ ਜਿਹੜਾ ਕਿ ਰੇਲਵੇ ਦੇ ਵਿੱਚ ਨੌਕਰੀ ਕਰਦਾ, ਉਹਦਾ ਕਤਲ ਹੋਇਆ ਸੀਗਾ ਅਰਲੀ ਮੋਰਨਿੰਗ। ਪ੍ਰਿਲੀਮਨਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਤਾਂ ਵਾਈਫ ਨੇ ਇਹ ਦੱਸਿਆ ਸੀਗਾ ਵੀ ਮੇਰੇ ਘਰ ਵਾਲੇ ਨੂੰ ਕਿਸੇ ਨੇ ਗਲਾ ਜਿਹੜਾ ਵੱਢ ਕੇ ਮਾਰ ਦਿੱਤਾ ਵਾ। ਜਦੋਂ ਉਹਦੀ ਇਨਵੈਸਟੀਗੇਸ਼ਨ ਕੀਤੀ ਉਹ 'ਚ ਜਿਹੜੇ ਤੱਥ ਸਾਹਮਣੇ ਆਏ ਉਹ ਇਹ ਹੈ ਕਿ ਇਹਦੀ ਵਾਈਫ ਆ ਗੀਤਾ ਔਰ ਸੁਦੀਕਸ਼ਾ ਬੇਟੀ ਆ, ਇਹਨਾਂ ਦੋਨਾਂ ਨੇ ਪਲੈਨ ਕਰਕੇ, ਇੱਕ ਤਰੁਣ ਨਾਮ ਦਾ ਮੁੰਡਾ ਸੀਗਾ ਉਹਦੇ ਨਾਲ ਮਿਲ ਕੇ ਪਲੈਨਿੰਗ ਕਰਕੇ, ਇਹ ਤਿੰਨ ਔਰ ਇੱਕ ਸਾਗਰ ਨਾਮ ਦਾ ਮੁੰਡਾ ਇਨਵੋਲਵ ਆ, ਔਰ ਚਾਰ ਅਣਪਛਾਤੇ ਮੁੰਡੇ ਇਨਵੋਲਵ ਆ। ਮਾਰਨ ਵਾਲੀ ਰਾਤ ਨੂੰ ਸਾਗਰ ਅਤੇ ਚਾਰ ਅਣਪਛਾਤੇ ਜਿਹੜੇ ਬੰਦੇ ਆ ਉਹ ਆਏ ਸੀਗੇ, ਉਹਨਾਂ ਨੇ ਆ ਕੇ ਪਹਿਲਾਂ ਇਹਦਾ ਗਲਾ ਜਿਹੜਾ ਸੀਗਾ ਚੁੰਨੀ ਨਾਲ ਕੁੱਟਿਆ, ਫਿਰ ਦਾਤ ਗਲੇ 'ਚ ਮਾਰ ਕੇ ਇਹਨੂੰ ਮਾਰ ਦਿੱਤਾ। ਸੋ ਇਹਦੇ ਵਿੱਚ ਹੁਣ ਅਸੀਂ ਜਿਹੜੀ ਇਹਦੀ ਵਾਈਫ ਆ ਇਹਨਾਂ ਦੀ ਗੀਤਾ ਅਤੇ ਬੇਟੀ ਸੁਦੀਕਸ਼ਾ ਔਰ ਜਿਹੜਾ ਮੇਨ ਕੌਂਸਪੀਰੇਟਰ ਸੀਗਾ ਨਾਲ ਤਰੁਣ, ਉਹ ਤਿੰਨੇ ਅਰੈਸਟ ਕਰ ਲਏ ਆ, ਜਿਨ੍ਹਾਂ ਨੇ ਆਪਣਾ ਜਿਹੜਾ ਜੁਰਮ ਆ ਉਹ ਕਨਫੈਸ ਕਰ ਲਿਆ ਵਾ, ਔਰ ਜਿਹੜੀ ਖੂਨ ਨਾਲ ਭਿੱਜੀ ਹੋਈ ਚੁੰਨੀ ਅਤੇ ਤੌਲੀਆ ਉਹ ਰਿਕਵਰ ਕਰ ਲਏ ਇਹਦੇ ਵਿੱਚ, ਲੜਕੀ ਦਾ ਮੋਬਾਈਲ ਵੀ ਰਿਕਵਰ ਕਰ ਲਿਆ ਵਾ, ਔਰ ਬਾਕੀ ਜਿਹੜਾ ਹੈ ਫਰਦਰ ਜਿਹੜੇ ਚਾਰ ਬੰਦੇ ਹੋਰ ਕਿਹੜੇ ਕਿਹੜੇ ਇਨਵੋਲਵ ਨੇ ਉਹ ਜਦੋਂ ਸਾਗਰ ਦੀ ਗ੍ਰਿਫਤਾਰੀ ਹੋਊਗੀ ਉੱਥੋਂ ਅੱਗੇ ਕਲੀਅਰ ਹੋ ਜਾਏਗਾ। ਔਰ ਜਿਹੜਾ ਦਾਤ ਆ ਉਹ ਅਜੇ ਸਾਗਰ ਦੇ ਕੋਲੋਂ ਰਿਕਵਰ ਕਰਨਾ ਵਾ, ਮੋਟਰਸਾਈਕਲ ਜਿਹੜਾ ਸੀਗਾ ਉਹ ਨਾਲ ਲੈ ਗਏ ਸੀਗੇ। ਔਰ ਜਿਹੜੀ ਗੱਲ ਹੁਣ ਤੱਕ ਦੀ ਪੁੱਛਗਿੱਛ ਤੋਂ ਸਾਹਮਣੇ ਆਈ ਹੈ ਕਿ ਇਹਨਾਂ ਨੇ ਕੁਛ ਪੈਸੇ ਦੇਣੇ ਤਰੁਣ ਨੇ ਕਮਿਟ ਕੀਤੇ ਸੀਗੇ ਸਾਗਰ ਨੂੰ, ਜਿਹੜਾ ਇਹਦੇ ਕਹਿਣ ਮੁਤਾਬਕ ਕਿ 2.5 ਕੁ ਲੱਖ ਦੇ ਆਸ ਪਾਸ ਜਿਹੜਾ ਰੁਪਇਆ ਦੇਣਾ ਸੀਗਾ, ਜਿਹਦੇ ਕਰਕੇ ਉਹ ਫਿਰ ਜਾਣ ਲੱਗਿਆ ਮੋਟਰਸਾਈਕਲ ਨਾਲ ਲੈ ਗਏ। ਸੋ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ADCP ਸ੍ਰੀ ਗੁਰਪ੍ਰੀਤ ਪੁਰੇਵਾਲ ਔਰ ACP ਵੈਸਟ ਗੁਰਪ੍ਰੀਤ ਔਰ SHO ਹੈਬੋਵਾਲ ਪਰਮਦੀਪ ਇਹ ਡੂੰਘਾਈ ਨਾਲ ਇਹਦੀ ਤਫਤੀਸ਼ ਕਰ ਰਿਹਾ, ਜਿਹੜੇ ਅਕਿਊਜ਼ਡ ਅਰੈਸਟ ਕੀਤੇ ਇਹਨਾਂ ਦਾ ਅੱਜ ਕੋਰਟ 'ਚ ਪੇਸ਼ ਕਰਕੇ ਫਰਦਰ ਰਿਮਾਂਡ ਲੈ ਕੇ ਫਿਰ ਹੋਰ ਤੱਥ ਜਿਹੜੇ ਸਾਹਮਣੇ ਆਉਣ। ਇਹਦੇ ਵਿੱਚ ਇੱਕ ਤਾਂ ਜਿਹੜਾ ਇਹ ਕੁਲਦੀਪ ਕੁਮਾਰ ਸੀਗਾ ਜੋ ਇਹਨਾਂ ਦੀ ਵਾਈਫ ਅਤੇ ਬੇਟੀ ਦੇ ਦੱਸਣ ਮੁਤਾਬਕ ਆ ਕਿ ਇੱਕ ਤਾਂ ਉਹ ਕੁੱਟਦਾ ਸੀਗਾ, ਕਾਫੀ ਅਲਕੋਹਲਿਕ ਸੀਗਾ, ਸ਼ਰਾਬ ਪੀ ਕੇ ਕੁੱਟਦਾ ਸੀਗਾ। ਸੈਕਿੰਡ ਜਿਹੜੀ ਲੜਕੀ ਸੀਗੀ ਉਹਦਾ ਤਰੁਣ ਜਿਹੜਾ ਮੁੰਡਾ ਹੈ ਉਹਦੇ ਨਾਲ ਅਫੇਅਰ ਸੀਗਾ, ਜਿਹਦੇ 'ਤੇ ਓਬਜੈਕਟ ਕਰਦਾ ਸੀਗਾ। ਕੁਛ ਦੇਰ ਪਹਿਲਾਂ ਉਹਨੇ ਇਹਦਾ ਮੋਬਾਈਲ ਵੀ ਤੋੜ ਦਿੱਤਾ ਸੀਗਾ ਲੜਕੀ ਦਾ। ਤੀਸਰਾ ਲੜਕੀ ਨੇ ਆਪਣੀ ਮਦਰ ਨੂੰ ਇਹ ਪ੍ਰੋਜੈਕਟ ਕੀਤਾ ਸੀਗਾ ਕਿ ਉਹਦਾ ਜਿਹੜਾ ਫਾਦਰ ਆ ਮਰਨ ਵਾਲਾ ਜਿਹੜਾ ਹੈ ਕਿ ਉਹ ਉਹਨੂੰ ਮੋਲੈਸਟ ਕਰਨ ਦੀ ਕੋਸ਼ਿਸ਼ ਕਰਦਾ ਵਾ। ਸੋ ਉਹ ਮਦਰ ਅਤੇ ਬੇਟੀ ਦੇ ਦਿਮਾਗ 'ਚ, ਮਤਲਬ ਦੋਨਾਂ ਦੇ ਅਲੱਗ ਅਲੱਗ ਤਰ੍ਹਾਂ ਨਾਲ ਦਿਮਾਗ 'ਚ ਆ ਗਿਆ ਵੀ ਇਹਨੂੰ ਮਾਰਨਾ ਜ਼ਰੂਰ ਹੈ। ਸੋ ਅਲਟੀਮੇਟਲੀ ਫਿਰ ਉਹਨਾਂ ਨੇ ਤਰੁਣ ਨਾਲ ਗੱਲ ਕੀਤੀ। ਕਿੰਨੀ ਏਜ ਆ ਬੇਟੀ? ਬੇਟੀ ਦੀ ਅਰਾਊਂਡ 20 ਦੇ ਆਸ ਪਾਸ ਏਜ ਆ, ਜਿਹੜਾ ਤਰੁਣ ਆ ਉਹਦੀ ਵੀ 21-22 ਦੇ ਆਸ ਪਾਸ ਏਜ ਆ, ਔਰ ਮਰਨ ਵਾਲੇ ਦੀ ਕਰੀਬ 43 ਸਾਲ ਦੇ ਆਸ ਪਾਸ। ਹਾਂ ਬਿਲਕੁਲ, ਰੈਗੂਲਰ ਆਉਂਦਾ ਸੀਗਾ ਇਹਨਾਂ ਦੇ ਘਰ ਔਰ ਇਸੇ ਗੱਲ ਨੂੰ ਹੀ ਓਬਜੈਕਟ ਕਰਦਾ ਸੀ ਕੁਲਦੀਪ। ਅਰਾਊਂਡ 3 ਸਾਲਾਂ ਤੋਂ ਇਹਨਾਂ ਦਾ ਸੀਗਾ ਆਪਸ ਦੇ ਵਿੱਚ। ਕਿਉਂਕਿ ਜਿਹੜਾ 2-3 ਚੀਜ਼ਾਂ ਸੀਗੀਆਂ, ਇੱਕ ਤਾਂ ਘਰ ਦੇ ਵਿੱਚ ਕੋਈ ਵੀ ਫੋਰਸਫੁਲ ਐਂਟਰੀ ਨਹੀਂ ਸੀਗੀ, ਸੈਕਿੰਡ ਜਿਹੜੀ ਜਦੋਂ ਉਹ ਲੇਡੀ ਦੀ ਜਦੋਂ, ਕਿਉਂਕਿ ਜਿਹੜੀਆਂ ਗੱਲਾਂ ਜਿਹੜਾ ਅਕਿਊਜ਼ ਹੁੰਦਾ ਨਾ ਉਹਦੀਆਂ ਗੱਲਾਂ ਤੋਂ ਉਹਦੀ ਸਾਈਕੋਲੋਜੀ ਤੋਂ ਪਤਾ ਲੱਗ ਜਾਂਦਾ, ਉਹ ਵੀ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ, ਉਸ ਤੋਂ ਬਾਅਦ 'ਚੋਂ ਫਿਰ ਜਿਹੜੀ ਚੁੰਨੀ ਸੀਗੀ ਬਲੱਡ ਸੋਕ ਉਹ ਵੀ ਉੱਥੋਂ ਹੀ ਮਿਲ ਗਈ, ਉਹਨਾਂ ਦੀ ਨਿਸ਼ਾਨਦੇਹੀ 'ਤੇ ਰਿਕਵਰ ਹੋ ਗਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਬਾਕੀ ਕੁਛ ਸਾਡੇ ਜਿਹੜੇ ਕੁਛ ਓਪਰੇਸ਼ਨਲ ਪਾਰਟ ਹੁੰਦਾ ਵਿੱਚ ਕੈਨੋਟ ਬੀ ਰਿਵੀਲਡ, ਸੋ ਸਾਰੇ ਤੱਥ ਜਿਹੜੇ ਸੀ ਇਸ ਤਰ੍ਹਾਂ ਇੰਡੀਕੇਟ ਕਰਦੇ ਸੀ, ਫਿਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਉਦੋਂ ਗੱਲ 100% ਕਲੀਅਰ ਹੋਈ। ਸਾਰੇ ਇਨਵੋਲਵ ਸੀਗੇ ਜੀ, ਜਿਸ ਦਿਨ ਹੋਇਆ ਉਦਨ ਸਾਰੇ ਇਨਵੋਲਵ ਸੀਗੇ, ਪਰ ਉਹ ਜਿਹੜੇ ਚਾਰ ਮੁੰਡੇ ਸਾਗਰ ਨਾਲ ਆਏ ਸੀ ਉਹਨਾਂ ਦੀ ਪਹਿਚਾਣ ਸਾਗਰ ਨਾਲ ਸੀ। ਇਹਦੇ ਵਿੱਚ 3 ਹੋ ਗਏ ਆ, ਦੋਨੇ ਜਿਹੜੀਆਂ ਮਾਂ ਅਤੇ ਬੇਟੀ ਅਰੈਸਟ ਹੋ ਗਈਆਂ, ਤਰਨ ਜਿਹੜਾ ਉਹ ਅਰੈਸਟ ਹੋ ਗਿਆ ਇਹਦੇ ਵਿੱਚ। ਠੀਕ ਹੈ।